हां जी सजोर नदी अपॉइंटमेंट लेनी है किस तरीके से ना ले सकते हो पूरे इटली तो जी अपना ਤੁਸੀਂ Google open ਕਰ ਲੈਣਾ ਤੇ ਇਹ ویب سائٹ open ਕਰ ਲੈਣੀ ਹੈ PrenotaFacile ਠੀਕ ਹੈ ਜੀ Google ਤੇ ਆ ਜਾਓ Google ਤੇ ਆ ਕੇ ਇੱਥੇ ਲਿਖੋ ਜੀ PrenotaFacile ਇਹ ਜਿਹੜੀ ਪਹਿਲੀ ویب سائٹ ਆ ਜਾਏਗੀ ਇਹਨੂੰ open ਕਰ ਲੈਣਾ ਦੋ ਤਰੀਕੇ ਦੇ ਨਾਲ open ਹੋ ਸਕਦੀ ਹੈ ਪਹਿਲਾ ਜਿਸਪੈਡ ਆਈ ਦੇ ਨਾਲ ਦੂਸਰਾ ਕਿ ਤੁਸੀਂ ਇੱਥੇ ਆਪਣੀ ਆਈਡੀ ਬਣਾ ਲਓ ਆਈਡੀ ਬਣਾ ਲਏ ਤੇ ਜਿਸ ਤਰ੍ਹਾਂ ਦੇਖੋਦੇ ਉੱਪਰ ਕਲਿੱਕ ਕਰੋਗੇ ਅਗੋਂ ਇਹ ਪ੍ਰੋਸੈਸ ਆ ਜੇਗਾ ਇਹ ਤੁਸੀਂ ਖੁਦ ਕਰਨਾ ਫਿਲਹਾਲ ਇੱਥੇ ਤੁਸੀਂ ਪਰਸੋਨਾ ਫਿਜ਼ਿਕਾ ਦੇ ਉੱਪਰ ਅਗਰ ਨੈਸ਼ਨੈਲਿਟੀ ਇਟਲੀ ਦੀ ਹੈ ਤਾਂ ਫਿਰ ਪਹਿਲੇ ਤੇ ਕਰ ਲਓ ਨਹੀਂ ਤਾਂ ਪਰਸੋਨਾ ਫਿਜ਼ਿਕਾ ਦੇ ਉੱਪਰ ਕਲਿੱਕ ਕਰ ਲਵੋ ਤੇ ਇਹ ਲਿਖਿਆ ਜੀ ਆਪਣਾ ਸਾਰਾ ਵਿਜ਼ਾਰੇ ਕਰਨਾ ਤੁਸੀਂ ਪਰ ਸਕਦੇ ਹੋ ਅਵਾਂਤੀ ਦੇ ਉੱਪਰ ਕਲਿੱਕ ਕਰੋ ਇੱਥੇ ਆਪਣੀ ਨੈਸ਼ਨੈਲਿਟੀ ਲਿਖੋ ਠੀਕ ਹੈ ਉਸ ਤੋਂ ਬਾਅਦ ਇੱਥੇ ਕਿਨੇ ਉਮੇ ਨੋਮੇ ਦਾਤਾ ਦੀ ਨਾਸ਼ੀਦ ਸਾਰਾ ਡਾਕੂਮੈਂਟ ਇੱਥੇ ਜਿਹੜਾ ਤੁਸੀਂ ਦਵੋਗੇ ਉਹਦਾ ਅੱਗੇ ਨੰਬਰ ਦੇ ਦੇਣਾ ਉਸ ਤੋਂ ਬਾਅਦ ਕਿਨੇ ਰਿਲਾਸ਼ ਕੀਤਾ ਐਮਬੈਸੀ ਨੇ ਕੀਤਾ ਇਹ ਗਵਰਨਰ ਨੇ ਕੀਤਾ ਕਨਸੂਲਟੋ ਵਾਲਾਂ ਨੇ ਕੀਤਾ ਜੋ ਵੀ ਹੋ ਤੁਸੀਂ ਉੱਤੇ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਵੀ ਇੱਥੇ ਡਾਕੂਮੈਂਟ ਸਿਲੈਕਟ ਕਰੋਗੇ ਉਹਦੀ ਇੱਥੇ ਫੋਟੋ ਪਾ ਦੇਣੀ ਹੈ ਠੀਕ ਹੈ ਫੋਟੋ ਭਾਤ ਤੋਂ ਬਾਅਦ ਇੱਥੇ ਕਮਿਊਨਿਟੀ ਰੈਜ਼ਿਡੈਂਸ ਆ ਕਿਹੜਾ ਤੁਹਾਡਾ ਉਹ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਜਿਹੜੇ ਵੀ ਇੱਥੇ ਆ ਨੇ ਉਹ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਈਮੇਲ ਕਨਫਰਮ ਈਮੇਲ ਪੈਕ ਨਹੀਂ ਹੈ ਕੋਈ ਗੱਲ ਨਹੀਂ ਇੱਥੇ ਮੋਬਾਈਲ ਨੰਬਰ ਦੇ ਦਿਓ ਆਪਣਾ ਨੋਤਾ ਕੁਝ ਲਿਖਣਾ ਲਿਖ ਦਿਓ ਨਹੀਂ ਲਿਖਣਾ ਨਾ ਲਿਖੋ ਪਾਸਵਰਡ ਲਿਓ ਦੋ ਦਫਾ ਤੇ ਵਾਲੀ ਦਾ ਕੰਟੀਨੋ ਕਰ ਦਿਓ ਤੁਹਾਡੀ ਈਮੇਲ ਦੇ ਉੱਪਰ ਜਿਹੜਾ ਨਾ ਤੁਹਾਨੂੰ ਮੈਸੇਜ ਆ ਜਾਏਗਾ ਉਹ ਤੋਂ ਤੁਸੀਂ ਆਪਣਾ ਵੈਰੀਫਾਈ ਕਰ ਲੈਣਾ ਤੇ ਉਸ ਤੋਂ ਬਾਅਦ ਇੱਥੇ ਆਪਣੀ ਈਮੇਲ ਤੇ ਪਾਸਵਰਡ ਲਾਉਗੇ ਤੇ ਐਕਟਿਵੇਟ ਹੋ ਜਾਏਗੀ ਮੈਂ ਫਿਲਹਾਲ ਇਸ ਪੇਡਾਡੀ ਦੇ ਨਾਲ ਕਰ ਲੈਣਾ ਠੀਕ ਹੈ ਮੇਰੀ ਆਲਰੇਡੀ ਐਕਟਿਵੇਟ ਹੈ ਮੈਂ ਇਸ ਪੇਡਾਡੀ ਦੇ ਨਾਲ ਕਰ ਲਈਏ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆ ਜਾਏਗਾ ਠੀਕ ਹੈ ਇੱਥੇ ਆ ਦੋ ਪੇਜ ਨੇ दोनों पेजा तो जो तो एगजामना रिनोवो करनी दुबलीका करनी है ठीक है अगर गुआचगी तो ज़ाहिर दुबलीका पेपर शेपर खराब हो गया जो भी है रिनोवो करनी है रिनोवर कलिक करो इतना डाकूमेंट लिखो ठीक है ਉਦਾ ਸਟੋਰ ਦਾ ਨੰਬਰ ਲਿਖੋ ਕਿਨੇ ਕਸੂਰੇ ਨੇ ਕੀਤੀ ਹੈ ਕਿਹਦੇ ਨੇ ਕੀਤੀ ਹੈ ਵਿਰੋਣ ਵਾਲੇ ਨੇ ਕੀਤੀ ਹੈ ਮਿਲਾਨ ਵਾਲੇ ਨੇ ਕੀਤੀ ਕਿਨੇ ਕੀਤੀ ਹੈ ਤੇ ਡੇਟ ਸ਼ੇਡ ਲਿਖੋ ਦਿਸ ਦਾ ਦਿਨ ਸਾ ਲਿਖੋ ਕਾਰੀਕਾ ਉਹਦੀ ਫੋਟੋ ਸ਼ੂਟ ਲਾਵੋ ਤੇ ਸਾਲਵਾ ਕਰ ਦੋ ਇੱਥੋਂ ਤੁਸੀਂ ਉਹਦੀ ਅਪਾਇੰਟਮੈਂਟ ਲੈ ਸਕਦੇ ਜੇ ਤੇ ਜਦੋਂ ਤੁਸੀਂ ਅਪਾਇੰਟਮੈਂਟ ਲੈ ਲਓ ਉਸ ਤੋਂ ਬਾਅਦ ਇੱਥੇ ਤੁਸੀਂ ਆ ਕੇ ਦੇਖ ਸਕਦੇ ਜੇ ਠੀਕ ਹੈ ਕਿ ਕਿੱਥੇ ਅਪਾਇੰਟਮੈਂਟ ਹੈ ਈਮੀ ਆਈ ਅਪੁਨ ਤਾਂ ਮਹੰਤੀ ਐ ਦੇ ਉੱਪਰ ਕਲਿੱਕ ਕਰੋਗੇ ਤੇ ਇੱਥੇ ਤੁਹਾਡੀ ਅਪਾਇੰਟਮੈਂਟਾਂ ਜਿੰਨੀਆਂ ਹੋਣਗੀਆਂ ਇੱਥੇ ਸ਼ੋ ਹੋ ਜਾਣਗੀਆਂ प्यारे दोस्तों इंफॉर्मेशन ਤੁਹਾਡੇ ਨਾਲ ਸੇਰ ਕਰ ਦਿੱਤੀ ਹੈ ਤੁਹਾਰਾ ਆ ਵੀ ਹੱਥ ਪੱਲਾ ਮਾਰ ਲਿਆ ਕਰੋ ਤੇ ਕਿਉਂਕਿ ਮੈਨੂੰ ਤੇ ਪੰਜ ਮਿੰਟ ਦੀ ਜ਼ਰੂਰਤ ਕੋਈ ਨਹੀਂ ਆਗੀ ਤੇ ਤੁਸੀਂ ਕੋਈ ਟਰਾਈ ਕਰੋ ਅਗਰ ਤੁਹਾਨੂੰ ਜ਼ਰੂਰਤ ਹੈ ਤੇ ਇਨਸ਼ਾਅੱਲਾ ਜੀ ਮਿਲਣਾ ਨਵੀਂ ਵੀਡੀਓ ਤੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਮਿਲਣਾ ਨਵੀਂ ਵੀਡੀਓ ਤੇ ਜੀ ਰਾਬ ਰੱਖਾ